ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਜੋ ਬਟਾਲਾ ਜਾਣ ਦੇ ਲਈ ਰਵਾਨਾ ਹੋਇਆ ਹੈ ਕਸਬਾ ਮਹਿਤਾ ਚੌਂਕ ਵਿਖੇ ਪੁੱਜਣ ਵਾਲਾ ਹੈ। ਸੋ ਥਾਣਾ ਮਹਿਤਾ ਦੀ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਕਰੜੇ ਪ੍ਰਬੰਧ ਕੀਤੇ ਗਏ ਨੇ। SHO ਸਾਹਿਬ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ। ਸਰ ਬਰਾਤ ਜੋ ਨਗਰ ਕੀਰਤਨ ਪਹੁੰਚ ਰਿਹਾ ਉਸ ਦੇ ਸੁਰੱਖਿਆ ਦੇ ਮੱਦੇਨਜ਼ਰ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਹੇ ਜੀ? ਬਿਲਕੁਲ ਜੀ, ਪਹਿਲਾਂ ਸਾਰੀ ਸਾਧ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ। ਬਰਾਤ ਨੂੰ ਧਿਆਨ ਦੇ ਰੱਖਦੇ ਹੋਏ ਸਾਡੀ ਫੋਰਸ ਜਿਹੜਾ ਸਾਡਾ ਥਾਣੇ ਮੇਥੇ ਦਾ ਏਰੀਆ ਹੈ ਉਸ ਤੇ ਹੀ ਸਾਰਾ ਕਵਰ ਕੀਤਾ ਹੋਇਆ। ਕੋਈ ਵੀ ਸ਼ਰਾਰਤੀ ਅੰਤਰ ਜੇਬ ਕਤਰੇ ਉਹਨਾਂ ਦਾ ਸਾਡਾ ਪੂਰਾ ਧਿਆਨ ਹੈ। ਜੇ ਕੋਈ ਇਹੋ ਜਿਹਾ ਬੰਦਾ ਮਿਲੇਗਾ ਤਾਂ ਉਹਨੂੰ ਅਸੀਂ ਜ਼ਰੂਰ ਰਾਉਂਡਅਪ ਕਰਾਂਗੇ। ਬਾਕੀ ਹਰ ਸਾਲ ਦੀ ਤਰ੍ਹਾਂ ਥਾਣਾ ਮੇਥੇ ਵੱਲੋਂ ਮਹਾਰਾਜ ਨੂੰ ਇੱਕ ਸਲਾਮੀ ਦਿੱਤੀ ਜਾਂਦੀ ਹੈ ਜਦੋਂ ਸਾਡੇ ਇੱਥੇ ਆਉਂਦੇ ਨੇ, ਅਤੇ ਅਸੀਂ ਉਹ ਇਸ ਵਾਰ ਵੀ ਕਰ ਰਹੇ ਹਾਂ ਅਤੇ ਮਹਾਰਾਜ ਦੇ ਆਪਾਂ ਅੱਗੇ ਆਪਣਾ ਸੀਸ ਭੇਟ ਕਰਦੇ ਹਾਂ ਜੀ। ਸਰ ਨਗਰ ਕੀਰਤਨ ਜਿਹੜਾ ਹੈ ਉਹਨੂੰ ਕਿੱਥੋਂ ਰਿਸੀਵ ਕਰੋਗੇ ਅਤੇ ਕਿੱਥੇ ਤੱਕ ਛੱਡ ਕੇ ਆਉਣਾ ਜੀ ਪੁਲਿਸ ਨੇ? ਸਾਡੀ ਬੁੱਟਰ ਚੌਂਕੀ ਦਾ ਪਿੰਡ ਗਿੜਭਾਣੇ ਤੋਂ ਸਾਡਾ ਏਰੀਆ ਥਾਣੇ ਮੇਥੇ ਤੋਂ ਸ਼ੁਰੂ ਹੁੰਦਾ ਹੈ ਅਤੇ ਅੱਗੇ ਅੰਮੋ ਨੰਗਲ ਦਬੁਰਜੀ ਪਿੰਡ ਦੇ ਲਾਗੇ ਪੈਂਦਾ ਹੈ। ਉੱਥੋਂ ਤੱਕ ਅਸੀਂ ਆਪ ਛੱਡ ਕੇ ਆਵਾਂਗੇ ਅਤੇ ਅੱਗੇ ਬਟਾਲੇ ਜ਼ਿਲ੍ਹੇ ਦਾ ਹੱਦ ਸ਼ੁਰੂ ਹੋ ਜਾਂਦੀ ਆ। ਉੱਥੇ ਉਹਨਾਂ ਨੂੰ ਅਸੀਂ ਅਗਰਾਹ ਕੀਤਾ ਹੋਇਆ ਪਹਿਲਾਂ ਹੀ, ਉਹਨਾਂ ਨੂੰ ਅੱਗੇ ਉਹ ਲੈ ਕੇ ਜਾਣਗੇ ਫਿਰ। ਸੁਰੱਖਿਆ ਦੇ ਮੱਦੇਨਜ਼ਰ ਥਾਣਾ ਮਹਿਤਾ ਦੇ ਲੋਕਲ ਮੁਲਾਜ਼ਮਾਂ ਦੀ ਡਿਊਟੀ ਹੈ ਜਾਂ ਬਾਹਰੋਂ ਵੀ ਪੁਲਿਸ ਪਹੁੰਚੀ ਹੈ ਜੀ? ਨਹੀਂ, ਬਾਹਰੋਂ ਪੁਲਿਸ ਲੱਗੀ ਹੈ ਪਰ ਆਪਣੀ ਜ਼ਿਆਦਾ ਮੇਨ ਆਪਣੇ ਏਰੀਆ ਅਸੀਂ ਆਪ ਹੀ ਕਵਰ ਕਰ ਰਹੇ ਹਾਂ। ਥਾਣੇ ਮਹਿਤੇ ਦੀ ਪੁਲਿਸ ਹੀ ਕਵਰ ਕਰ ਰਹੀ ਹੈ ਜੀ। ਮੇਨ ਕਿਹੜੇ ਪੁਆਇੰਟਾਂ ਦੇ ਉੱਤੇ ਤੁਸੀਂ ਨਜ਼ਰ ਰੱਖਣੀ ਹੁੰਦੀ ਹੈ ਜੀ? ਮੇਨ ਜਿੱਥੇ ਜੀ ਜ਼ਿਆਦਾ ਜਿਵੇਂ ਭੀੜ ਭੜੱਕੇ ਵਾਲੇ, ਜਿੱਥੇ ਕੋਈ ਵੱਡਾ ਲੰਗਰ ਜਾਂ ਲੱਗਾ ਹੋਏ ਉੱਥੇ ਸੰਗਤ ਇੱਕ ਜਗ੍ਹਾ ਇਕੱਠੀ ਹੁੰਦੀ ਹੈ ਤਾਂ ਫਿਰ ਭੀੜ ਭੜੱਕਾ ਹੋ ਜਾਂਦਾ ਜ਼ਿਆਦਾ। ਉਸ ਦੇ ਵਿੱਚ ਕੋਈ ਗਲਤ ਕੋਈ ਜੇਬ ਕਤਰੇ ਵਗੈਰਾ ਵਿੱਚ ਵੜ ਜਾਂਦੇ ਨੇ, ਉਹਨਾਂ 'ਤੇ ਸਾਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਆ। ਬਾਕੀ ਸੰਗਤ ਦਾ ਅਸੀਂ ਬਿਲਕੁਲ ਸਹਿਯੋਗ ਕਰਦੇ ਹਾਂ ਅਤੇ ਵਧੀਆ ਸੰਗਤ ਇੱਥੋਂ ਆਪਣੇ ਜਾਏ ਜੀ ਆਪਣੇ ਮਹਾਰਾਜ ਨੇ। ਤਾਂ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਜਿਹੜੇ ਸਖ਼ਤ ਕਰੜੇ ਪ੍ਰਬੰਧ ਕੀਤੇ ਗਏ ਨੇ। SHO ਸਾਹਿਬ ਨੇ ਦੱਸਿਆ ਹੈ ਕਿ ਨਗਰ ਕੀਰਤਨ ਦੇ ਇੱਥੇ ਪੁੱਜਣ 'ਤੇ ਪੁਲਿਸ ਵੱਲੋਂ ਜਿਹੜਾ ਹੈ ਇੱਕ ਸਲਾਮੀ ਸਤਿਕਾਰ ਵਜੋਂ ਜਿਹੜੀ ਆ ਉਹ ਦਿੱਤੀ ਜਾਵੇਗੀ ਔਰ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਸ਼ਰਾਰਤੀ ਅਨਸਰਾਂ ਦੇ ਉੱਪਰ ਜਿਹੜੀ ਕਰੜੀ ਨਜ਼ਰ ਰੱਖੀ ਜਾਵੇਗੀ। ਜਗਬਾਣੀ TV ਦੇ ਲਈ ਚੇਤਨ ਸਿੰਘ ਮਹਿਤਾ ਚੌਂਕ ਅੰਮ੍ਰਿਤ। ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਜੋ ਬਟਾਲਾ ਜਾਣ ਦੇ ਲਈ ਰਵਾਨਾ ਹੋਇਆ ਹੈ ਕਸਬਾ ਮਹਿਤਾ ਚੌਂਕ ਵਿਖੇ ਪੁੱਜਣ ਵਾਲਾ ਹੈ। ਸੋ ਥਾਣਾ ਮਹਿਤਾ ਦੀ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਕਰੜੇ ਪ੍ਰਬੰਧ ਕੀਤੇ ਗਏ ਨੇ। SHO ਸਾਹਿਬ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ। ਸਰ ਬਰਾਤ ਜੋ ਨਗਰ ਕੀਰਤਨ ਪਹੁੰਚ ਰਿਹਾ ਉਸ ਦੇ ਸੁਰੱਖਿਆ ਦੇ ਮੱਦੇਨਜ਼ਰ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਿਹਾ ਜੀ? ਬਿਲਕੁਲ ਜੀ, ਪਹਿਲਾਂ ਸਾਰੀ ਸਾਧ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ। ਬਰਾਤ ਨੂੰ ਧਿਆਨ ਦੇ ਰੱਖਦੇ ਹੋਏ ਸਾਡੀ ਫੋਰਸ ਜਿਹੜਾ ਸਾਡਾ ਥਾਣੇ ਮੇਥੇ ਦਾ ਏਰੀਆ ਹੈ ਉਸ 'ਤੇ ਹੀ ਸਾਰਾ ਕਵਰ ਕੀਤਾ ਹੋਇਆ। ਕੋਈ ਵੀ ਸ਼ਰਾਰਤੀ ਅੰਤਰ ਜੇਬ ਕਤਰੇ ਉਹਨਾਂ ਦਾ ਸਾਡਾ ਪੂਰਾ ਧਿਆਨ ਹੈ। ਜੇ ਕੋਈ ਇਹੋ ਜਿਹਾ ਬੰਦਾ ਮਿਲੇਗਾ ਤਾਂ ਉਹਨੂੰ ਅਸੀਂ ਜ਼ਰੂਰ ਰਾਉਂਡਅਪ ਕਰਾਂਗੇ। ਬਾਕੀ ਹਰ ਸਾਲ ਦੀ ਤਰ੍ਹਾਂ ਥਾਣਾ ਮੇਥੇ ਵੱਲੋਂ ਮਹਾਰਾਜ ਨੂੰ ਇੱਕ ਸਲਾਮੀ ਦਿੱਤੀ ਜਾਂਦੀ ਹੈ ਜਦੋਂ ਸਾਡੇ ਇੱਥੇ ਆਉਂਦੇ ਨੇ, ਅਤੇ ਅਸੀਂ ਉਹ ਇਸ ਵਾਰ ਵੀ ਕਰ ਰਹੇ ਹਾਂ ਅਤੇ ਮਹਾਰਾਜ ਦੇ ਆਪਾਂ ਅੱਗੇ ਆਪਣਾ ਸੀਸ ਭੇਟ ਕਰਦੇ ਹਾਂ ਜੀ। ਸਰ ਨਗਰ ਕੀਰਤਨ ਜਿਹੜਾ ਹੈ ਉਹਨੂੰ ਕਿੱਥੋਂ ਰਿਸੀਵ ਕਰੋਗੇ ਅਤੇ ਕਿੱਥੇ ਤੱਕ ਛੱਡ ਕੇ ਆਉਣਾ ਜੀ ਪੁਲਿਸ ਨੇ? ਸਾਡੀ ਬੁੱਟਰ ਚੌਂਕੀ ਦਾ ਪਿੰਡ ਗਿੜਭਾਣੇ ਤੋਂ ਸਾਡਾ ਏਰੀਆ ਥਾਣੇ ਮੇਥੇ ਤੋਂ ਸ਼ੁਰੂ ਹੁੰਦਾ ਹੈ ਅਤੇ ਅੱਗੇ ਅੰਮੋ ਨੰਗਲ ਦਬੁਰਜੀ ਪਿੰਡ ਦੇ ਲਾਗੇ ਪੈਂਦਾ ਹੈ। ਉੱਥੋਂ ਤੱਕ ਅਸੀਂ ਆਪ ਛੱਡ ਕੇ ਆਵਾਂਗੇ ਅਤੇ ਅੱਗੇ ਬਟਾਲੇ ਜ਼ਿਲ੍ਹੇ ਦਾ ਹੱਦ ਸ਼ੁਰੂ ਹੋ ਜਾਂਦੀ ਆ। ਉੱਥੇ ਉਹਨਾਂ ਨੂੰ ਅਸੀਂ ਅਗਰਾਹ ਕੀਤਾ ਹੋਇਆ ਪਹਿਲਾਂ ਹੀ, ਉਹਨਾਂ ਨੂੰ ਅੱਗੇ ਉਹ ਲੈ ਕੇ ਜਾਣਗੇ ਫਿਰ। ਸੁਰੱਖਿਆ ਦੇ ਮੱਦੇਨਜ਼ਰ ਥਾਣਾ ਮਹਿਤਾ ਦੇ ਲੋਕਲ ਮੁਲਾਜ਼ਮਾਂ ਦੀ ਡਿਊਟੀ ਹੈ ਜਾਂ ਬਾਹਰੋਂ ਵੀ ਪੁਲਿਸ ਪਹੁੰਚੀ ਹੈ ਜੀ? ਨਹੀਂ, ਬਾਹਰੋਂ ਪੁਲਿਸ ਲੱਗੀ ਹੈ ਪਰ ਆਪਣੀ ਜ਼ਿਆਦਾ ਮੇਨ ਆਪਣੇ ਏਰੀਆ ਅਸੀਂ ਆਪ ਹੀ ਕਵਰ ਕਰ ਰਹੇ ਹਾਂ। ਥਾਣੇ ਮਹਿਤੇ ਦੀ ਪੁਲਿਸ ਹੀ ਕਵਰ ਕਰ ਰਹੀ ਹੈ ਜੀ। ਮੇਨ ਕਿਹੜੇ ਪੁਆਇੰਟਾਂ ਦੇ ਉੱਤੇ ਤੁਸੀਂ ਨਜ਼ਰ ਰੱਖਣੀ ਹੁੰਦੀ ਹੈ ਜੀ? ਮੇਨ ਜਿੱਥੇ ਜੀ ਜ਼ਿਆਦਾ ਜਿਵੇਂ ਭੀੜ ਭੜੱਕੇ ਵਾਲੇ, ਜਿੱਥੇ ਕੋਈ ਵੱਡਾ ਲੰਗਰ ਜਾਂ ਲੱਗਾ ਹੋਏ ਉੱਥੇ ਸੰਗਤ ਇੱਕ ਜਗ੍ਹਾ ਇਕੱਠੀ ਹੁੰਦੀ ਹੈ ਤਾਂ ਫਿਰ ਭੀੜ ਭੜੱਕਾ ਹੋ ਜਾਂਦਾ ਜ਼ਿਆਦਾ। ਉਸ ਦੇ ਵਿੱਚ ਕੋਈ ਗਲਤ ਕੋਈ ਜੇਬ ਕਤਰੇ ਵਗੈਰਾ ਵਿੱਚ ਵੜ ਜਾਂਦੇ ਨੇ, ਉਹਨਾਂ 'ਤੇ ਸਾਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਆ। ਬਾਕੀ ਸੰਗਤ ਦਾ ਅਸੀਂ ਬਿਲਕੁਲ ਸਹਿਯੋਗ ਕਰਦੇ ਹਾਂ ਅਤੇ ਵਧੀਆ ਸੰਗਤ ਇੱਥੋਂ ਆਪਣੇ ਜਾਏ ਜੀ ਆਪਣੇ ਮਹਾਰਾਜ ਨੇ। ਤਾਂ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਜਿਹੜੇ ਸਖ਼ਤ ਕਰੜੇ ਪ੍ਰਬੰਧ ਕੀਤੇ ਗਏ ਨੇ। SHO ਸਾਹਿਬ ਨੇ ਦੱਸਿਆ ਹੈ ਕਿ ਨਗਰ ਕੀਰਤਨ ਦੇ ਇੱਥੇ ਪੁੱਜਣ 'ਤੇ ਪੁਲਿਸ ਵੱਲੋਂ ਜਿਹੜਾ ਹੈ ਇੱਕ ਸਲਾਮੀ ਸਤਿਕਾਰ ਵਜੋਂ ਜਿਹੜੀ ਆ ਉਹ ਦਿੱਤੀ ਜਾਵੇਗੀ ਔਰ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਸ਼ਰਾਰਤੀ ਅਨਸਰਾਂ ਦੇ ਉੱਪਰ ਜਿਹੜੀ ਕਰੜੀ ਨਜ਼ਰ ਰੱਖੀ ਜਾਵੇਗੀ। ਜਗਬਾਣੀ TV ਦੇ ਲਈ ਚੇਤਨ ਸਿੰਘ ਮਹਿਤਾ ਚੌਂਕ ਅੰਮ੍ਰਿਤਸਰ।